और तुसी वो लोग हो जिन्होंने पंजाबी जीवनी नहीं रखी, पंजाबी नूं चाके देशां विदेशां दे विच वी बहुत वड्डी उन्नति की है। पंजाबी मेरा ख्याल है भी अज चाहे हिंदुस्तान च थोड़ी बहुत घटती हो पर बाहरले मुल्कां दे विच जाके इन्हें बहुत वड्डे पैर पसारे और अपनी बहुत वड्डी दिख भी बनाई है। अमरीका कनेडा वर्गे देशों के दे जाइए तो उत्थे पंजाबियों ने अपनी एड्डी वड्डी शान बनाई है जिहड़ी कि शायद साडी इत्थे भी ना बन सकती। सो इस गल की मैं बधाई भी दिना और उम्मीद भी करदा कि साडे पंजाबी जिवें बराड़ साहब दस रहे सी भी दुनिया के सैकड़े मुल्कां दे विच वसे हुए ने और हर जगह पर चाहे उन्होंने वो बोली भी अपना इस मुल्क दे विच रहिंदे ने पर पंजाबी नूं अपनी सभ्यता नूं उन्होंने सांभ के रखी है और कोशिश भी की है कि जिथे साडे पंजाबी जिवें कनेडा की गल करदे आ वैनकूवर की गल करदे आ उत्थे जाके दफ्तर दे विच देखिए तां पंजाबी दे विच बोर्ड लगे हुए ने। तो इदा ही अमरीका दे विच कैलीफोर्निया चले जाइए उत्थे साडे बोर्ड लगे ने और पंजाबियों ने किसी भी फील्ड दे विच चाहे सियासी कह लिए बिजनेस दे विच कह लिए डाक्टरी दे विच कह लिए बिजनेस इंजीनियर दे विच कह लिए बहुत वड्डियां वड्डियां मल्लां भी मारियां ने। इहदा इही कारण है कि दूजी जगह दे उत्ते जाके बंदे नूं अपनी आइडेंटिटी बनाउणी पैंदी, दसना पैंदा मैं कौन आ। ਉਹ ਇਕੱਲੇ ਪਹਿਰਾਵੇ ਨਾਲ ਨਹੀਂ, ਇਕੱਲੀ ਬੋਲੀ ਨਾਲ ਨਹੀਂ, ਕੁਛ ਕਰਕੇ ਵੀ ਦਿਖਾਉਣਾ ਪੈਂਦਾ। ਸੋ ਉਹ ਕਰਕੇ ਆਪਣੇ ਪੰਜਾਬੀਆਂ ਨੇ ਦਿਖਾਇਆ ਵੀ ਹੈ। ਜਿੱਥੇ ਤੱਕ ਮੈਂ ਦੇਖਿਆ ਕਿ ਜਿੰਨੀ ਹਿੰਮਤ ਅਤੇ ਦਲੇਰੀ ਪੰਜਾਬੀਆਂ 'ਚ ਹੈ ਉਹ ਮੇਰਾ ਖਿਆਲ ਨਹੀਂ ਕਿਸੇ ਕੌਮ 'ਚ ਹੋਵੇ। ਬਹੁਤ ਵੱਡੇ ਵੱਡੇ ਰਿਸਕ ਲੈ ਕੇ ਵੀ ਪੰਜਾਬੀ ਕੰਮ ਕਰਦੇ ਨੇ ਜਿੱਥੇ ਬੰਦੇ ਨੂੰ ਇਹ ਵੀ ਪਤਾ ਹੋਵੇ ਕਿ ਇੱਥੇ ਜੇ ਮੈਂ ਇਸ ਕੰਮ ਦੇ ਵਿੱਚ ਫਸ ਗਿਆ ਤਾਂ ਸਾਰੀ ਜ਼ਿੰਦਗੀ ਨਿਕਲਣਾ ਨਹੀਂ। ਉਹ ਕੰਮ ਵੀ ਪੰਜਾਬੀ ਲੈਂਦੇ ਨੇ ਬਣਾਉਣੇ, ਥਾਣੇ ਵੱਖਰੇ ਬਣਾਉਣੇ, ਠੀਕ ਹੈ ਹਰ ਤਰ੍ਹਾਂ ਦੀ ਆਪਸ ਹੈ। ਹਾਲਾਂਕਿ ਕਈ ਵਾਰੀ ਸਾਡੇ ਦੇ ਸਵਾਲ ਹੁੰਦੇ ਨੇ ਕਿ ਤੁਸੀਂ ਇੱਥੇ ਆਉਣ ਦੀ ਗੌਰ ਘੱਟ ਕਰਦੇ ਹੋ ਅਤੇ ਬਾਹਰ ਦੀ ਗੌਰ ਜ਼ਿਆਦਾ ਕਰਦੇ ਹੋ, ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਪੰਜਾਬੀ ਭਰਾ ਬਾਹਰ ਚਲੇ ਗਏ ਸਾਡੇ ਨਾਲ ਟੁੱਟਣ ਨਾ, ਘੱਟੋ ਘੱਟੋ ਸਾਡੇ ਕੋਲ ਆਉਣ, ਸਾਡੇ ਨਾਲ ਗੱਲਾਂ ਕਰਨ। ਜਿੱਥੇ ਤੱਕ ਗੱਲ ਹੋਈ ਹੈ ਕਿ ਉਹ ਇਨਵੈਸਟਮੈਂਟ ਕਰਨ, ਉਹਦੇ ਨਾਲ ਵੀ ਬੰਦਾ ਜੁੜਦਾ। ਜਦੋਂ ਕੋਈ ਬੰਦਾ ਕਾਰੋਬਾਰ ਕਰਦਾ, ਕੰਮ ਕਰਦਾ, ਉਹਦੇ ਨਾਲ ਫਿਰ ਪੱਕਾ ਜੁੜ ਜਾਂਦਾ। ਮੇਰਾ ਖਿਆਲ ਨਹੀਂ ਕਿ ਜਿੰਨਾ ਕੁਛ ਸਾਹਿਬ ਪ੍ਰਕਾਸ਼ ਨੂੰ ਬਾਦਲ ਸੋਚ ਸਕਦੇ ਨੇ ਉਹ ਕੋਈ ਹੋਰ ਸੋਚ ਸਕਦਾ ਹੋਵੇ। ਪਿਛਲੀ ਕਨਵੈਨਸ਼ਨ ਦੇ ਵਿੱਚ ਮੈਨੂੰ ਯਾਦ ਹੈ ਕਿ ਇੱਥੇ ਸਾਡਾ 50-50 ਸੀ ਕਿ ਜੇ ਕੋਈ ਬੰਦੇ ਨੇ ਆਪਣੇ ਪਿੰਡ 'ਚ ਕੰਮ ਕਰਨਾ, ਆਪਣੇ ਸ਼ਹਿਰ 'ਚ ਕੰਮ ਕਰਨਾ ਜਾਂ ਆਪਣੇ ਕਿਤੇ ਹੋਰ ਕੰਮ ਕਰਨਾ, ਜਿੰਨੇ ਪੈਸੇ ਕੋਈ NRI ਪਾਊਗਾ ਉਹਨੇ ਪੰਜਾਬ ਸਰਕਾਰ ਪਾਊਗਾ। ਉਸ ਤੋਂ ਕਿਸੇ ਨੇ ਉੱਠ ਕੇ ਕਿਹਾ ਕਿ ਵੀ ਜੀ ਨਹੀਂ ਤੁਸੀਂ ਕੋਈ ਘੱਟ ਕਰ ਦਿਓ ਸਾਡੇ ਲਈ 25% ਕਰ ਦਿਓ। ਬਾਦ ਸਾਹਿਬ ਕਹਿਣ ਲੱਗੇ ਵੀ ਚਲੋ 25% ਹੁਣੇ ਕਰਦੇ ਤੇ ਲਿਆਓ ਜਿੰਨੇ ਚੈੱਕ ਲਿਆਉਣੇ ਹੁਣ ਤੁਸੀਂ ਜਮ੍ਹਾਂ ਕਰਾ ਕੇ ਫਿਰ ਕੰਮ ਸ਼ੁਰੂ ਕਰਾਉਣੇ। ਸੋ ਇਹ ਦਲੇਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਕਰ ਸਕਦਾ ਜਿਹਦੇ ਮਨ ਦੇ ਵਿੱਚ ਇੱਕ ਵਿਜ਼ਨ ਹੈ ਕੰਮ ਕਰਨ ਦਾ, ਨੇੜੇ ਜਾਣ ਦਾ। ਔਰ ਤੁਹਾਨੂੰ ਪਤਾ ਵੀ ਜਦੋਂ ਪਿੱਛੇ ਜੇ ਅਮਰੀਕਾ ਦੇ ਵਿੱਚ ਬੜਾ ਵੱਡਾ ਇੰਸੀਡੈਂਟ ਹੋਇਆ ਸੀ ਤੇ ਉੱਥੇ ਵੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਗਏ ਔਰ ਉਹਨਾਂ ਸਾਰੇ ਬੰਦਿਆਂ ਦੇ ਘਰਾਂ ਦੇ ਵਿੱਚ ਆ ਕੇ ਆਏ ਜਿਨ੍ਹਾਂ ਜਿਨ੍ਹਾਂ ਦੇ ਘਰ 'ਚ ਇਹ ਬਹੁਤ ਵੱਡਾ ਤੂਫਾਨ ਵਾਪਰਿਆ ਸੀ। ਤੇ ਇੱਥੇ ਨਹੀਂ ਉਹਨਾਂ ਨੇ ਕਿਹਾ ਕਿ ਜਿੱਥੇ ਵੀ ਤੁਸੀਂ ਕੋਈ ਨਾ ਕੋਈ ਸੰਸਕਾਰ ਕਰਨਾ ਚਾਹੁੰਦੇ ਹੋ, ਪੰਜਾਬ 'ਚ ਕਰਨਾ ਚਾਹੁੰਦੇ ਹੋ, ਬਾਹਰ ਕਰਨਾ ਚਾਹੁੰਦੇ ਹੋ, ਇੱਥੇ ਕਰਨਾ, ਸਾਡੇ ਕਿੰਨੀ ਵਜੋਂ ਸਰਕਾਰ ਕਿੰਨੀ ਮਦਦ ਚਾਹੀਦੀ ਹੈ ਉਹ ਅਸੀਂ ਕਰਨ ਤਿਆਰ ਹਾਂ। ਅੱਜ ਤੱਕ ਡੈਂਟੀ ਦੀ ਗੱਲ ਹੈ, ਡੈਂਟੀ ਦੀ ਗੱਲ ਤਾਂ ਇੱਥੇ ਪਤਾ ਲੱਗ ਜਾਂਦਾ ਹੈ ਕਿ ਸਾਡੇ 6 ਸਿੱਖ ਦੁਨੀਆਂ 'ਚ ਚਲੇ ਗਏ। ਪਰ ਮੇਰਾ ਖਿਆਲ ਹੈ ਵੀ ਜਿੱਡਾ ਬੜਾ ਅਫਸੋਸ ਦੁਨੀਆਂ ਦੇ ਵਿੱਚ ਇਹ ਮਨਾਇਆ, ਇਹ ਵੀ ਇੱਕ ਰਿਕਾਰਡ ਹੋਣਾ ਜਦੋਂ 11 ਸਤੰਬਰ ਨੂੰ ਅਮਰੀਕਾ ਦੇ 6,000 ਬੰਦੇ ਮਾਰੇ ਗਏ ਸੀ ਉਹਨਾਂ ਦਾ ਵੀ ਇੰਨਾ ਅਫਸਾਸ ਹੋਇਆ ਜਿੰਨਾ ਸਾਡਾ 6 ਦਾ ਹੋਇਆ। ਇੱਕ ਹਫ਼ਤੇ ਦੇ ਲਈ ਸਾਰੀ ਦੁਨੀਆਂ ਦੇ ਵਿੱਚ ਫਲੈਗ ਡਾਊਨ ਹੋਏ। ਮੈਂ ਕੁਦਰਤ ਉੱਥੇ ਸੀ, ਦੇਖਿਆ ਲੋਕਾਂ ਨੇ ਇੰਡੀਵਿਜੁਅਲ ਘਰਾਂ ਦੇ ਉੱਤੇ ਜਿਹੜੇ ਫਲੈਗ ਲਾਏ ਸੀ ਉਹ ਵੀ ਡਾਊਨ ਕੀਤੇ ਸੀ। ਔਰ ਆ ਕੇ ਜੇ ਕਿਤੇ ਤੁਸੀਂ ਕਿਤੇ ਕਾਮਨ ਜਗ੍ਹਾ ਦੇ ਉੱਤੇ ਖੜੇ ਹੋ ਆ ਕੇ ਉਹਨਾਂ ਨੇ ਆ ਕੇ ਸੌਰੀ ਕਰਕੇ ਜਾਣਾ ਕਿ ਜੀ ਨਹੀਂ ਸਾਡੇ ਤੋਂ ਗਲਤੀ ਹੋਈ ਹੈ, ਸਾਡੇ ਤੋਂ ਭੁੱਲ ਹੋਈ ਹੈ ਤੇ ਅਸੀਂ ਉਸ ਗੱਲ ਦੀ ਮਾਫ਼ੀ ਚਾਹੁੰਦੇ। ਸੋ ਇੱਥੋਂ ਪਤਾ ਲੱਗਦਾ ਕਿ ਆਪਣੇ ਲੋਕਾਂ ਨੇ, ਪੰਜਾਬੀਆਂ ਨੇ ਕਿੰਨੀ ਬੜੀ ਮਿਹਨਤ ਕਰਕੇ ਆਪਣਾ ਨਾਂ ਪੈਦਾ ਕੀਤਾ। ਸੋ ਉਸ ਗੱਲ ਦੇ ਲਈ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦਿੰਦਾ, ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਵੀ ਕਰਦਾ ਕਿ ਪਰਮਾਤਮਾ ਸਾਨੂੰ ਹਿੰਮਤ ਦੇਵੇ, ਤਾਕਤ ਦੇਵੇ, ਆਪਾਂ ਪੰਜਾਬੀ ਨੂੰ, ਪੰਜਾਬੀਅਤ ਨੂੰ ਹੋਰ ਦੁਨੀਆਂ ਦੇ ਵਿੱਚ ਫੈਲਾ ਕੇ
अपना जरा नाव पैदा कर सकी है पंजाबी नूं इंटरनेशनल लैंग्वेज तो बनी हुई है तो कोई दौर आया ही नहीं हूं तो मेरा ख्याल है भी यह देखने की गल है भी किन्ने मुल्क साढ़े पंजाबी नहीं आ बहुत तो साढ़े पंजाबी है हर जगह जिथे जिथे किसी का पैर पिया उन्हें काम किया यह गल जरूर है कि दुनिया नेड़े लग गई हूं आप जो गैर तरीकों जिम्मे गल चली है वो जो बाहर जाना है वह बहुत माड़ है वह चीज सू थोड़ी जी पिछे लेके जा रही है अदरवाइज साडा बहुत ही वधिया सो मैं धन्यवाद करदा तुहाडा सारिआं दा भाई चंद साहब दा इह काम कीता ते मैं तुहानूं इह भी बेनती करूंगा कि तुसीं किसी भी कंट्री दे विच करनी होवे क्योंकि मेरे कोल एनआरआई विंग दा मैं प्रधान भी हाँ जिहड़े मर्जी मुल्क दे विच करनी होवे उहदा अरेंज करके देना मेरी जिम्मेवारी है तुसीं प्रोग्राम बनाओ मैनूं पता नहीं।